ਅਸੀਂ 25,000 ਰੁਪਏ ਦਾ ਜੋੜਾ ਆਇਆ ਹੈ ਅਤੇ ਇਹਨੇ ਹੁਣ ਅੰਡੇ ਵੀ ਦਿੱਤੇ ਨੇ ਦੋ ਅੰਡੇ। ਮਾਸ਼ਾਅੱਲਾ ਸਾਫ ਦੇ ਵਿੱਚ ਆਊਟਸਟੈਂਡਿੰਗ ਹੈ ਨਾ, ਪਰਫਾਰਮੈਂਸਾਂ ਦਿੱਤੀਆਂ ਨੇ। ਤਕਰੀਬਨ ਟਾਈਮ 10,000 ਦਾ ਹੋ ਚੁੱਕਿਆ ਅਤੇ ਨਵੀਂ ਮਾਲਦਾਰੀ ਦੀ ਟ੍ਰੇਨਿੰਗ ਕਰਵਾਉਂਦੇ ਹਾਂ ਅਤੇ ਬਾਹਰ ਖੋਲ੍ਹੇ ਨੇ ਕਬੂਤਰ। ਇੱਕ ਸਾਡਾ ਦੇ ਵਿੱਚੋਂ ਬੱਚਾ ਜਿਹੜਾ ਨਾ ਉੱਡ ਗਿਆ ਹੈ ਅਤੇ ਅੰਦਰ ਵਾਲੇ ਕਬੂਤਰ ਤੁਹਾਨੂੰ ਪੁਰਾਣੇ ਕਬੂਤਰ ਜਿਹੜੇ ਵਸਾ ਉੱਡ ਆਏ ਉਹਨਾਂ ਦਾ ਵੀ ਸ਼ੋਅ ਕਰਵਾਉਂਦੇ ਹਾਂ। ਮਾਸ਼ਾਅੱਲਾ ਚੈੱਕ ਕਰ ਸਕਦੇ ਹੋ, ਸਾਡਾ ਕਬੂਤਰ ਥੋੜ੍ਹਾ ਢਿੱਲਾ ਹੋਇਆ ਹੈ, ਇਨਸ਼ਾਅੱਲਾ ਦੁਆ ਵਗੈਰਾ ਦਿੱਤੀ ਠੀਕ ਹੋ ਜਾਂਦਾ। ਐਮਾ ਦੀ ਜੋ ਤੁਸੀਂ ਚੈੱਕ ਕਰ ਸਕਦੇ ਠੀਕ ਹੈ। ਮਾਸ਼ਾਅੱਲਾ ਸਾਫ ਦੇ ਵਿੱਚ ਆਊਟਸਟੈਂਡਿੰਗ ਹੈ ਨਾ, ਪਰਫਾਰਮੈਂਸਾਂ ਦਿੱਤੀਆਂ ਨੇ। ਸਾਡਾ ਪੁਰਾਣਾ ਕਬੂਤਰ ਆ ਵੀ ਚੈਂਪੀਅਨ ਮਾਦੀ ਸਾਡੀ ਵਿਸਾਖ ਦੀ ਠੀਕ ਹੈ। ਅਤੇ ਇਹ ਉੱਤੇ ਜੋੜੀ ਬੈਠੀ ਜੇ ਇਹਨਾਂ ਜਿਹਨਾਂ ਕਬੂਤਰਾਂ ਨੇ ਇਹ ਸਾੜਿਆਂ ਤਕਰੀਬਨ ਮੋੜਾਂ ਖਾਧੀਆਂ ਨੇ। ਇੱਕ ਇਹ ਕਬੂਤਰ ਸਾਡੀ ਇਹਦੀ ਆਇਸ ਵਗੈਰਾ ਖਰਾਬ ਹੋਈ ਹੈ, ਦਵਾਈ ਵਗੈਰਾ ਲਾਈਏ, ਇਨਸ਼ਾਅੱਲਾ ਉਹ ਦਿਨ ਤੱਕ ਵੀ ਠੀਕ ਕਲੀਅਰ ਹੋਈ ਹੈਗੀ। ਪੁਰਾਣਾ ਕਬੂਤਰ ਵਿਸਾਖ ਦੇ ਵਿੱਚ ਉੱਡਿਆ, ਬਹੁਤ ਅੱਛੀਆਂ ਪਰਫਾਰਮੈਂਸਾਂ ਨੇ ਦਿੱਤੀਆਂ ਨੇ। ਅਤੇ ਉਸ ਤੋਂ ਇਲਾਵਾ ਇਹ ਮੋਤੀਆਂ ਦਾ ਸਾਡਾ ਜੋਸਰਾ ਕਬੂਤਰ ਚੈੱਕ ਕਰ ਸਕਦਾ ਠੀਕ ਹੈ। ਇਹ ਮਾਦੀ ਸਾਡੀ ਸਲੇਟੀ ਵਿਸਾਖ ਦੇ ਵਿੱਚ ਇਹਨੂੰ ਲੜ ਫੜਕ ਲੈ ਗਿਆ ਸੀ ਅਤੇ ਬਾਅਦ 'ਚ ਬਚਾਈ ਅਤੇ ਫਿਰ ਉੱਡ ਨਹੀਂ ਸਕੀ, ਪਾੜੇ ਛਾੜੇ ਦੇ ਖਰਾਬ ਹੋ ਗਏ ਨੇ ਅਤੇ ਸੱਟ ਵਗੈਰਾ ਨੂੰ ਕਾਫੀ ਲੱਗ ਗਈ ਸੀ, ਨਾੜ ਛਾੜੇ ਦੀ ਦਰਦ ਕਰਦੀ ਸੀ ਅਤੇ ਜਿਹਦੇ ਵਜ੍ਹਾ ਪ੍ਰਵਾਦ ਨਹੀਂ ਦੇ ਸਕੀ। ਇਨਸ਼ਾਅੱਲਾ ਨੈਕਸਟ ਸੀਜ਼ਨ ਜਿਹੜਾ ਨਾ ਆ ਦਿਹਾੜੀ ਵਿੱਚ ਪੂਰੀ ਹੋਏਗੀ। ਅਤੇ ਮਾਸ਼ਾਅੱਲਾ ਹੋਰ ਕਬੂਤਰ ਉਸ ਸਾਈਡ 'ਤੇ ਕਾਫੀ ਜ਼ਿਆਦਾ ਕਬੂਤਰ ਨੇ ਠੀਕ ਹੈ। ਅਤੇ ਇਸ ਸਾਈਡ 'ਤੇ ਹੁਣ ਜੋੜਾ ਮਾਸ਼ਾਅੱਲਾ ਜੋੜਾ ਦੇਖ ਸਕਦੇ ਤੁਸੀਂ। ਅਸੀਂ 25,000 ਰੁਪਏ ਦਾ ਜੋੜਾ ਆਇਆ ਅਤੇ ਇਹਨੇ ਹੁਣ ਅੰਡੇ ਵੀ ਦਿੱਤੇ ਨੇ ਦੋ ਅੰਡੇ, ਤੁਹਾਨੂੰ ਚੈੱਕ ਕਰਵਾਉਣਾ ਠੀਕ ਹੈ। ਮਾਦੀ ਇਹਦੀ ਹੈ ਅਤੇ ਨਾੜੇ ਦਾ ਅੰਦਰ ਸੇਮ ਇਹਦੇ ਆਂਗਲ ਠੀਕ ਹੈ। ਅਤੇ ਦੂਸਰਾ ਇੱਕ ਇਹ ਜੋੜਾ ਹੈ ਥੱਲੇ ਬੈਠਾ, ਇਹ ਮਾਦੀ ਆਈ ਹੈ ਅਤੇ ਇਹ ਸਾਡਾ ਕਬੂਤਰ ਚੈਂਪੀਅਨ ਜਿਹਦਾ ਨਾਮ ਸਾਦ ਦਾ ਕਬੂਤਰ ਹੈ। ਮੈਂ ਬਾਹਰ ਕੱਢ ਕੇ ਤੁਹਾਨੂੰ ਚੈੱਕ ਕਰਵਾਉਣਾ। ਇਹਦੀ ਉਮਰ ਕਾਫੀ ਜ਼ਿਆਦਾ ਹੋ ਗਈ ਹੈ ਅਤੇ ਉੱਡਣਾ ਮੁਸ਼ਕਲ ਹੈ ਅਤੇ ਜਿਹਦੀ ਵਾਸਤੇ ਜਿਹੜਾ ਨਾ ਅਸੀਂ ਇਹਨੂੰ ਜੋੜਿਆ ਨਹੀਂ ਭਾਜੀ, ਤਾਂ ਮਾਸ਼ਾਅੱਲਾ ਚੈੱਕ ਕਰ ਸਕਦੇ ਤੁਸੀਂ ਠੀਕ ਹੈ। ਜੇ ਅੱਖਾਂ ਅੰਤ ਵੇਖੋ ਤੁਸੀਂ ਅਤੇ ਕਿੰਨੀ ਇਹਦੀ ਉਮਰ ਹੋ ਗਈ ਹੁਣ ਅਤੇ ਬਹੁਤ ਜ਼ਿਆਦਾ ਉੱਡਿਆ ਹੈ। ਅਤੇ ਇੱਕ ਮਾਦੀ ਅਸੀਂ ਨਵੀਂ ਜਿਹੜਾ ਨਾ ਟੈਡੀ ਕਬੂਤਰ ਦੇ ਨਾਲ ਕਲਾਸ ਦੇ ਵਿੱਚ ਇਹ ਮਾਦੀ ਇੱਕ ਲਾਈ ਹੈ ਅਤੇ ਇਹ ਪਿੱਛੇ ਟੈਡੀ ਕਬੂਤਰ ਸਾਡਾ ਤਕਰੀਬਨ ਇਕੱਲਾ ਕਬੂਤਰ ਜਿਹੜਾ ਸਾਡਾ 12,000 ਰੁਪਏ ਦਾ ਕਬੂਤਰ ਆਇਆ ਅਤੇ ਇਹ ਜੋੜਾ ਬਣਿਆ ਅਤੇ ਇਨਸ਼ਾਅੱਲਾ ਅੰਡੇ ਛਾਂਡੇ ਵੀ ਦਵਾਉਣਗੇ। ਉੱਤੇ ਸਾਡੀ ਟੈਡੀ ਮਾਦੀ ਹੈ ਜਿਹਨੇ ਵੀ ਅੰਡੇ ਵਗੈਰਾ ਦਵਾਏ ਨੇ, ਚੈੱਕ ਕਰਨੇ ਥੱਲੇ ਕੀ ਇਹਦੇ। ਕੱਲ੍ਹ ਇਹਨੇ ਇੱਕ ਅੰਡਾ ਸਾਡਾ ਜਿਹੜਾ ਨਾ ਉਹ ਖਰਾਬ ਕਰ ਦਿੱਤਾ ਅਤੇ ਇੱਕ ਹੀ ਅੰਡਾ ਜਿਹੜਾ ਥੱਲੇ ਵੇ, ਅਤੇ ਇਨਸ਼ਾਅੱਲਾ ਬੱਚਾ ਇਹਦਾ ਨਿਕਲੇਗਾ। ਇਸ ਸਾਈਡ 'ਤੇ ਸਾਡਾ ਜ਼ੀਰਾ ਕਬੂਤਰ ਹੈ ਅਤੇ ਇਹ ਮਾਦੀ ਲਾਲ ਸੀਰੀ ਮਾਦੀ ਸੀ ਜਿਹਨਾਂ ਨਾਲ ਲਾਖੀ ਇਹਨਾਂ ਨਾਲ ਲਾਈ ਹੈ ਅਤੇ ਇੱਕ ਹੀ ਅੰਡਾ ਇਹਦੇ ਥੱਲੇ, ਇੱਕ ਅੰਡਾ ਜਿਹੜਾ ਨਾ ਇਸ ਸਾਈਡ 'ਤੇ ਆ ਗਿਆ। ਮੈਂ ਤੂੰ ਕੱਢ ਕੇ ਖਰਾਬ ਕਰ ਦਿੰਦੇ ਨੇ, ਬਾਹਰ ਕੱਢ ਦਿੰਦੇ ਨੇ, ਜਿਹਦੇ ਵਜ੍ਹਾ ਨਾਲ ਜਿਹੜਾ ਅੰਡਾ ਜਿਹੜਾ ਨਾ ਉਹ ਖਰਾਬ ਹੋ ਜਾਂਦਾ। ਅਤੇ ਨਵੇਂ ਜੋੜੇ ਹੁੰਦੇ ਨੇ ਕਈ ਵਿੱਚ ਅਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ, ਬਾਕੀ ਇਹ ਜੋੜਾ ਪੁਰਾਣਾ ਹੈ ਤੋਂ ਬਸ ਡਿੱਗ ਪੈ ਸਾਈਡ 'ਤੇ ਸਾਡਾ ਟੈਡੀ ਕਬੂਤਰ ਹੈ ਠੀਕ ਹੈ। ਇਹ ਵੀ ਸਾਡਾ ਟੈਡੀ ਕਬੂਤਰ ਮਾਸ਼ਾਅੱਲਾ ਦੇਖ ਸਕਦੇ ਹੋ, ਅਕਸਰ ਅਸੀਂ ਕਾਫੀ ਜ਼ਿਆਦਾ ਵੀਡੀਓ ਬਣਾਈਆਂ, ਟਿਕਟਾਕਾਂ ਵੀ ਬਣਾਈਆਂ ਨੇ। ਮਾਸ਼ਾਅੱਲਾ ਅੱਖ ਤੁਸੀਂ ਇਹਦੀ ਵੇਖ ਸਕਦੇ ਹੋ ਕਿੱਡੇ ਕਮਾਲ ਦੀ ਅੱਖ ਹੈ। ਅਤੇ ਇਹਦੇ ਨਾਲ ਇਹ ਮਾਦੀ ਹੀ ਲਾਈ ਹੈ ਠੀਕ ਹੈ, ਬਟੇਰਾ ਕਰਾਸ ਕਰਕੇ ਅਤੇ ਟੈਡੀ ਦੇ ਨਾਲ ਕਰਾਸ ਪਾਇਆ ਤਾਂ ਕਿ ਪ੍ਰਵਾਸ ਜਿਹੜੀ ਅੱਛੀ ਹੋਈ ਹੈ ਠੀਕ ਹੈ। ਉਸ ਤੋਂ ਇਲਾਵਾ ਸਾਡਾ ਇੱਕ ਇਹ ਕਬੂਤਰੀ ਮਾਦੀ ਹੈ, ਇਹਦੀ ਬੱਚਾ ਹੀ ਚੈਂਪੀਅਨ ਬਣਾਇਆ ਸਾਲ ਦੀ, ਬਹੁਤ ਜ਼ਿਆਦਾ ਤਾਂ ਬੱਚਾ ਜਿਹੜਾ ਨਾ ਉੱਡਿਆ। ਉਸ ਤੋਂ ਇਲਾਵਾ ਇਹ ਸਾਡਾ ਕਬੂਤਰ ਹੈ, ਕਬੂਤਰ ਉਸ ਮਾਦੀ ਦੇ ਨਾਲ ਲਾਇਆ। ਮਾਸ਼ਾਅੱਲਾ ਕਬੂਤਰ ਤੁਸੀਂ ਜੋੜੇ ਦੇਖ ਸਕਦੇ, ਆਊਟਸਟੈਂਡਿੰਗ ਜੋੜੇ ਕਿ ਜਿਹੜਾ ਜੋੜਾ ਤੁਸੀਂ ਵੇਖੋਗੇ ਉਹ ਹੀ ਜਿਹੜਾ ਨਾ ਆਊਟਸਟੈਂਡਿੰਗ। ਛੋਟੇ ਬੱਚੇ ਨਿਕਲੇ ਨੇ ਤੁਹਾਨੂੰ ਨਜ਼ਰ ਆਉਣ ਡੇ ਨੇ, ਇਹ ਦੇਖੋ ਮਾਸ਼ਾਅੱਲਾ ਕਿੱਡੇ ਕਮਾਲ ਦੇ ਅਤੇ ਟੈਡੀ ਕਰਾਸ ਕਬੂਤਰ ਹੈ। ਅਤੇ ਮਾਦੀ ਜੋਨਸੀ ਸਿਆਲਕੋਟੀ ਮਾਦੀ ਜਿਹੜੀ ਇਹਨਾਂ ਦੇ ਨਾਲ ਪਾਈ ਅਤੇ ਉਹਦੇ ਦੋ ਬੱਚੇ ਨਿਕਲੇ ਨੇ ਛੋਟੇ ਛੋਟੇ ਠੀਕ ਹੈ। ਅਤੇ ਇਸ ਸਾਈਡ 'ਤੇ ਵੀ ਸਾਡੀ ਇੱਕ ਮਾਦੀ ਨੇ ਅੰਡੇ ਵਗੈਰਾ ਦਿੱਤੇ ਨੇ, ਦੇਖ ਸਕਦੇ ਤੁਸੀਂ ਦੋ ਅੰਡੇ ਨੇ। ਮਾਸ਼ਾਅੱਲਾ ਟੈਡੀ ਕਰਾਸ ਮਾਦੀ ਹੈ ਅਤੇ ਅੱਗੇ ਇਹਦਾ ਬੱਚਾ ਕਢਵਾਇਆ ਉਸ ਸਾਈਡ 'ਤੇ ਵੀ, ਅਤੇ ਉਹਦੀ ਥੋੜ੍ਹੀ ਜਿਹੀ ਅੱਖ ਵਗੈਰਾ ਖਰਾਬ ਹੋਈ ਹੈ, ਮੈਡੀਸਨ ਵਗੈਰਾ ਲਾਈ ਉਹ ਠੀਕ ਹੋਈਗੀ ਇਨਸ਼ਾਅੱਲਾ। ਅਤੇ ਜਿਹੜੇ ਮੇਰੇ ਦੋਸਤ ਭਰਾ ਨੂੰ ਵੀਡੀਓ ਅੱਛੀ ਲੱਗਦੀ ਹੈ ਉਹ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ। ਅਤੇ ਅੱਗੋਂ ਵੀ ਮੈਂ ਆਪਣੇ ਦੋਸਤਾਂ ਵਾਸਤੇ ਚੰਗੀ ਵੀਡੀਓ ਜਿਹਨਾਂ ਬਣਾ ਕੇ ਲਿਆਉਂਦਾ ਰਹਾਂਗਾ, ਅਤੇ ਹੁਣ ਇਹ ਨਾਲ ਵੀ ਪਿੱਛੇ ਲੱਗਾ ਹੋਇਆ।
ਤਿੰਨ ਅੰਡੇ ਵੀ ਕੁਛ ਦਿਨਾਂ ਵਿੱਚ ਬਸ ਦਵਾ ਲੈਣੇ ਨੇ, ਇਨਸ਼ਾਅੱਲਾ ਬੱਚੇ ਵੀ ਨਿਕਲਣਗੇ, ਇਹ ਵੀ ਨਾਲ ਪਿੱਛੇ ਲੱਗਿਆ ਵੀ ਅੰਡੇ ਦਵਾਏਗਾ, ਅਤੇ ਇਸ ਤੋਂ ਇਲਾਵਾ ਉੱਤੇ ਵੀ ਇੱਕ ਮਾਦਾ ਜਿਹੜੀ ਹੈ ਨਾ, ਇਹ ਦੂਸਰਾ ਨਾਲਿਆ ਵੀ ਇਹਦੇ ਪਿੱਛੇ ਲੱਗਿਆ ਵੀ ਅੰਡੇ ਸੀ ਦੇ ਕੇ ਲਕਵਾ ਇਹਨੂੰ ਪੜਾਉਣਾ, ਘਰ ਦਾ ਬੱਚਾ ਹੀ ਰੱਖਿਆ ਸੀ ਅਤੇ ਬੱਚੇ ਨੂੰ ਛੋਟੇ ਜਿਹੇ ਨੂੰ ਲਕਵਾ ਬਣ ਗਿਆ ਇਹਦੇ ਹੀ ਜਿਹਨਾਂ ਦਾ ਮਾਸ਼ਾਅੱਲਾ ਅੱਗੇ ਇਹਦੇ ਮਾਂ ਪਿਓ ਬਹੁਤ ਜ਼ਿਆਦਾ ਉੱਡਿਆ ਅਤੇ ਉਹਦੇ ਵਿੱਚ ਜਿਹਨਾਂ ਨੇ ਬਰੀਡਿੰਗ ਕਰਵਾਈ ਹੈ ਅਤੇ ਉਹ ਬਰੀਡਿੰਗ ਦੇ ਵਿੱਚੋਂ ਜਿਹਨਾਂ ਨੇ ਇਹ ਪੱਠੀ ਹੀ ਰੱਖੀ ਹੈ ਅਤੇ ਉਹਨੂੰ ਜੋੜਿਆਂ 'ਚ ਲਾਇਆ ਹੈ ਅਤੇ ਇੱਕ ਜੋੜੇ ਸਾਡੇ ਇੱਥੇ ਆਂਡੇ ਦਿੱਤੇ ਨੇ, ਇੱਕ ਇੱਥੇ ਦਿੱਤੇ ਨੇ ਦੋ ਜੋੜੇ, ਅਤੇ ਦੋ ਤੋਂ ਬਾਅਦ ਇੱਕ ਨੇ ਇੱਥੇ ਦਿੱਤੇ ਨੇ, ਤਿੰਨ ਜੋੜੇ ਆਂਡੇ ਦਿੱਤੇ ਨੇ ਅਤੇ ਇੱਕ ਨੇ ਸਾਡੇ ਨਾਲ ਬੱਚੇ ਕੱਢੇ ਨੇ, ਠੀਕ ਹੈ ਤਾਂ ਅੱਗੂ ਵੀ ਦੋ ਜੋੜੇ ਮਜ਼ੀਦ ਤਿੰਨ ਜੋੜੇ ਜਿਹਨਾਂ ਅੰਡਿਆਂ 'ਤੇ ਆਏ ਨੇ ਅਤੇ ਇੱਕ ਜੋੜਾ ਹੀ 12,000 ਰੁਪਏ ਦਾ, ਇਨਸ਼ਾਅੱਲਾ ਤੁਹਾਨੂੰ ਨੈਕਸਟ ਵੀਡੀਓ ਵਿੱਚ ਜਿਹਨਾਂ ਉਹ ਬਟੇਰੇ ਪਿਓਰ ਅਲੀ ਵਾਲੇ ਜਿਹੜੇ ਨਾ ਕਬੂਤਰ ਨੇ ਤੁਹਾਨੂੰ ਨੈਕਸਟ ਵੀਡੀਓ ਦੇ ਸ਼ੋਅ ਕਰਵਾਵਾਂਗੇ ਅਤੇ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਆਪਣਾ ਖਿਆਲ ਰੱਖਿਓ, ਓਕੇ, ਅੱਲਾ ਹਾਫਿਜ਼।